ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਗੁਰਾਇਆ ਦੇ ਨੇੜਲੇ ਪਿੰਡ ਸਰਗੁੰਦੀ ਵਿਖੇ ਇੱਕ ਮਕਾਨ ਵਿੱਚ ਅਚਾਨਕ ਅੱਗ ਲੱਗਣ ਨਾਲ ਲੱਖਾਂ ਰੁਪਏ ਦੇ ਸਮਾਨ ਦਾ ਨੁਕਸਾਨ ਹੋ ਗਿਆ। ਇਸ ਦੀ ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਸੁਖਦੇਵ ਰਾਮ ਨੇ ਦੱਸਿਆ ਕਿ ਉਹਨਾਂ ਦੇ ਬੱਚੇ ਉੱਪਰਲੇ ਕਮਰੇ ਵਿੱਚੋਂ ਪੜ੍ਹਾਈ ਕਰਕੇ ਹੇਠਲੇ ਕਮਰੇ ਵਿੱਚ ਆਏ ਸਨ ਕਿ ਕੁਝ ਦੇਰ ਮਗਰੋਂ ਉੱਪਰਲੇ ਕਮਰੇ ਵਿੱਚੋਂ ਧੂੰਆਂ ਨਿਕਲਦਾ ਦਿਖਾਈ ਦਿੱਤਾ ਅਤੇ ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰ ਲਿਆ ਅਤੇ ਕਮਰੇ ਵਿੱਚ ਪਿਆ ਸਮਾਨ, ਜਿਸ ਵਿੱਚ ਕੂਲਰ, ਵਾਸ਼ਿੰਗ ਮਸ਼ੀਨ, ਪੱਖਾ, ਕੱਪੜੇ ਅਤੇ ਭਰੇ ਹੋਏ ਸਿਲੰਡਰ ਨੂੰ ਅੱਗ ਲੱਗ ਗਈ। ਪਿੰਡ ਵਾਸੀਆਂ ਨੇ ਹਿੰਮਤ ਕਰਕੇ ਅੱਗ ਲੱਗੇ ਸਿਲੰਡਰ ਨੂੰ ਪਿੰਡ ਦੀ ਖੁੱਲ੍ਹੀ ਜਗ੍ਹਾ 'ਤੇ ਜਾ ਕੇ ਰੱਖਿਆ, ਜਿਸ ਦਾ ਫਟਣ ਤੋਂ ਬਚਾਅ ਹੋ ਗਿਆ। ਪਿੰਡ ਵਾਸੀਆਂ ਅਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਕਾਫ਼ੀ ਮੁਸ਼ੱਕਤ ਮਗਰੋਂ ਅੱਗ 'ਤੇ ਕਾਬੂ ਪਾਇਆ। ਉਹਨਾਂ ਇਸ ਹਾਦਸੇ ਦਾ ਕਾਰਨ ਬਿਜਲੀ ਦੀ ਸਪਲਾਈ ਦੇ ਵੱਧ ਘੱਟ ਹੋਣ ਨੂੰ ਦੱਸਿਆ ਹੈ। ਹਾਂਜੀ, ਕੀ ਨਾਮ ਜੀ? ਮੇਰਾ ਨਾਮ ਸੁਖਦੇਵ ਆ। ਕੀ ਗੱਲ ਹੋਈ ਰਾਤੀ? ਇਹ ਤਾਰਾਂ ਬਿਜਲੀ ਵੱਧ ਘੱਟ ਆਉਣ ਦੇ ਨਾਲ ਇਹਦਾ ਵਿੱਚੋਂ ਚੱਕਦੇ ਬਣ ਤਾਰਾਂ ਜਿਹੜੀਆਂ ਲੋਟ ਵੱਧਣ ਦਾ ਨਾਲ ਪਤਾ ਨਹੀਂ ਕਿੱਦਾਂ ਹੀਟ ਹੋ ਗਈਆਂ, ਹੀਟ ਹੋ ਕੇ ਅੰਦਰ ਅੱਗ ਪੈ ਗਈ। ਅੱਗ ਪੈ ਕੇ ਤਾਂ ਦਰਵਾਜ਼ੇ ਬੰਦ ਸੀਗੇ, ਇਹਦੇ ਥੱਲੇ ਅਸੀਂ ਸੀਗੇ। ਅੱਛਾ ਜੀ, ਥੱਲੇ ਅਸੀਂ ਸੀਗੇ ਜਾਂ ਦੇਖਿਆ ਵੀ ਥੱਲੇ ਉਹ ਬਹਿ ਤਾਰਾਂ ਸੜਦੀਆਂ ਸੀ, ਜਾਂ ਥੱਲੇ ਦੇਖਦੇ ਸੀ ਜਾਂ ਉੱਪਰ ਆ ਕੇ ਦੇਖਿਆ ਤਾਂ ਚੁਬਾਰੇ ਲਾਟਾ ਇੱਦਾਂ ਨਿਕਲਣ, ਆਹ ਦਰਵਾਜ਼ੇ ਤਾਕੀਆਂ ਲੂਹ ਹੋ ਕੇ ਤਾਂ ਸਾਰੇ ਜਦ ਥੱਲੇ ਦੇਖਿਆ ਤਾਂ ਉਹ ਅੱਗ ਹੀ ਅੱਗ, ਅੰਦਰ ਇੱਕ ਭਰਿਆ ਸਿਲੰਡਰ ਪਿਆ ਸੀ ਉੱਪਰ, ਉਹ ਸਿਲੰਡਰ ਉਹ ਬਚ ਗਿਆ। ਨੁਕਸਾਨ ਘੱਟੋ ਘੱਟ 1.5 ਲੱਖ ਦਾ ਕਮਰਾ ਹੀ ਕੱਪੜਾ ਹੀ ਸੀ, ਮਹਿੰਗੇ ਤੋਂ ਮਹਿੰਗਾ ਕੱਪੜਾ ਸੀਗਾ, ਜੋ ਵੀ ਬਾਹਰਲਾ ਕੱਪੜਾ ਸੀ ਜਾਂ ਕਿੱਦਾਂ ਕੁਛ ਵੀ ਇੱਧਰੋਂ ਖਰੀਦੇ ਹੋਏ ਸੀ, ਨਿਆਣਿਆਂ ਦੇ ਕੱਪੜੇ ਸੀ, ਸਕੂਲ ਦੇ ਕੱਪੜੇ ਵੀ ਸੀ, ਜਿਹੜੇ ਸਾਰੇ ਲੂਹ ਹੋ ਗਏ, ਜਿਹੜੇ ਧੋ ਕੇ ਵਰਦੀਆਂ ਸੁੱਕਣੀਆਂ ਪਾਈਆਂ ਸੀ। ਅੱਗ 'ਤੇ ਕਾਬੂ ਕਿੱਦਾਂ ਪਾਇਆ ਫਿਰ? ਅੱਗ 'ਤੇ ਕਾਬੂ ਕੁਛ ਪਿੰਡ ਵਾਲੇ ਨੇ ਮਦਦ ਕੀਤੀ ਆ, ਆਲੇ ਦੁਆਲੇ ਘਰਾਂ ਤੋਂ ਪੈਪ ਲਾ ਕੇ ਤਾਂ ਉਹ ਪਾਣੀ ਮਾੜਾ ਮੋਟਾ ਜਿਹਾ ਛਿੜਕਾਉਂਦੇ ਸੀਗੇ, ਜਦ ਤੱਕ ਉਹ ਗੱਡੀ ਆ ਗਈ ਗੱਡੀ ਵਾਲੇ ਉੱਥੋਂ ਰਿਹਾ ਸੜਕ 'ਤੇ ਰੋਡ 'ਤੇ ਖੜ੍ਹੀ ਕਰਕੇ ਪੈਪ ਲਾ ਕੇ, ਤਾਂ ਫਿਰ ਉਹਦੇ ਨਾਲ ਮੁਲਾਜ਼ਮ ਆ ਗਏ ਗਰਾਇਆਂ ਤੋਂ, ਉਹ ਫਿਰ ਆ ਕੇ ਤਾਂ ਫਿਰ ਕਾਬੂ ਜਾਣੀ ਸਾਰਿਆਂ ਰਲ ਮਿਲ ਕੇ ਪਾ ਲਿਆ। ਹਾਂਜੀ, ਰਲ ਮਿਲ ਕੇ ਕਾਬੂ ਪਾ ਲਿਆ ਅਤੇ ਬਾਕੀ ਇਹ ਜਿਹੜਾ ਨੁਕਸਾਨ ਆ ਤੁਹਾਡੇ ਸਾਹਮਣੇ ਹੀ ਆ, ਇਹ ਤਾਂ ਹੁਣ ਜਿਹੜਾ ਹੋਣਾ ਸੀ ਹੋ ਗਿਆ। ਬੱਚੇ ਉੱਪਰ ਕੋਈ ਹੈਗਾ ਸੀ ਕਮਰੇ ਦੇ ਵਿੱਚ? ਉੱਪਰ ਨਿਆਣੇ ਪਹਿਲਾਂ ਪੜ੍ਹਦੇ ਸੀ, ਉਹ ਉੱਠ ਕੇ ਗਏ ਸੀ, ਪਹਿਲਾਂ ਮੇਰੇ ਘਰੋਂ ਸੀ ਉਹ ਕੱਪੜੇ ਧੋ ਕੇ, ਤਾਂ ਆਪਣੇ ਮਸ਼ੀਨ ਜਿਹੜੀ ਮੀਂਹ ਜਦੋਂ ਮਾੜਾ ਮਾੜਾ ਪੈਣ ਲੱਗਾ ਮਸ਼ੀਨ ਅੰਦਰ ਕਰ ਗਈ ਤਾਂ ਉਹ ਜਿਹੜਾ ਬੋਰਡ ਦੇ ਥੱਲੇ ਸੀ ਉਹ ਮਸ਼ੀਨ ਲੂਹ ਹੋਈ, ਪਹਿਲਾਂ ਕੱਪੜੇ ਧੋਣ ਵਾਲੀ ਮਸ਼ੀਨ ਲੂਹ ਹੋਈ ਆ, ਉਹ ਮਸ਼ੀਨ ਦੇ ਕਰਕੇ ਫਿਰ ਸਾਰਾ ਅੱਗ ਪੈ ਗਈ, ਪੀਟੀ ਸੀ ਕੱਪੜੇ ਆ ਜਿਹੜੀ ਨਾਲ ਪਈ ਪੀਟੀ ਸੀਗੀ। ਕਿੰਨੇ ਕੁ ਵਜੇ ਹੋਇਆ ਇਹ? 6:30। ਗੁਰਾਇਆ ਤੋਂ ਮਨੀਸ਼ ਕੌਸ਼ਲ ਦੀ ਰਿਪੋਰਟ।